ਮੈਂ ਟੋਟਲੀ ਆਪਣੇ ਪ੍ਰਚਾਰ ਨੂੰ ਚੇਂਜ ਕੀਤਾ। ਸੋ ਜਦੋਂ ਆਪਣੇ ਆਪ ਨੂੰ ਬਦਲਿਆ ਫਿਰ ਇਕੱਠੇ ਬੈਠਣਾ ਸ਼ੁਰੂ ਹੋਏ। ਹੁਣ ਪੰਥਪ੍ਰੀਤ ਨੇ ਵੀ ਕਿਤੇ ਨਾ ਕਿਤੇ ਬਦਲਿਆ ਹੀ ਆ, ਬਿਲਕੁਲ ਪ੍ਰੋਫੈਸਰ ਨੇ ਵੀ ਬਦਲਿਆ ਹੀ ਆ ਕਿਸੇ ਨਾ ਕਿਸੇ ਬੋਲਿਆ। ਕਹੋ ਪ੍ਰੋਫੈਸਰ ਇੱਕ ਵੀਡੀਓ ਬਣਾ ਕੇ ਪਾਵੇ ਤੇ ਕਿਹੜੇ ਪੁਆਇੰਟ ਤੋਂ ਮੈਂ ਤਾਂ ਜਦੋਂ ਹੇਮਕੁੰਟ ਪ੍ਰੀਤੀ ਸਪਰੂ ਦੇ ਨਾਲ ਜਾਂਦਾ ਸੀ, ਇਹ ਤਾਂ ਬਦਬਖਤ ਕਹੀ ਜਾਂਦਾ। ਉਹ ਪ੍ਰੋਫੈਸਰ ਉਹ ਲੀਡਰ ਆ ਜਿਹਨੂੰ ਰਾਜੀਵ ਗਾਂਧੀ ਮਿੰਨਤਾਂ ਕਰਦਾ ਸੀ ਮਿਲਣ ਦੀਆਂ, ਉਹ ਕਹਿੰਦਾ ਸੀ ਕਰਾਂ। ਉਹ ਕਮਲਿਓ ਹਾਹੀ ਤਾਂ ਅਸੀਂ ਕਹੀ ਜਾਂਦੇ ਹਾਂ ਕਿ ਰਾਜੀਵ ਗਾਂਧੀ ਦੇ ਇਸ਼ਾਰਿਆਂ ਨੇ ਹੀ ਦਿੱਲੀ ਦੀਆਂ ਗਲੀਆਂ ਚ ਬੁਲਾਇਆ, ਮੱਲਮ ਲਾਇਆ ਮੱਲਮ ਸਾਰਿਆਂ ਤੇ। ਹੁਣ ਜਦੋਂ ਬੂਟਾ ਜਿਹੜੇ ਲੀਡਰ ਆ ਨਾ, ਹਾਂਜੀ, ਉਹ ਪਤਾ ਕਿੱਦਾਂ ਆਉਂਦੇ ਹੁੰਦੇ ਆ, ਹਾਂਜੀ, ਜਿਹੜੇ ਉਹਨਾਂ ਦੇ ਬੰਦੇ ਆ ਉਹ ਇੱਦਾਂ ਨੀ ਆਉਂਦੇ ਹੁੰਦੇ ਕਿ ਦੇਖੋ ਜੀ ਜੇ ਹੁਣ ਮੇਰੇ ਕੋਲ ਆਉਣਾ ਕਿਸੇ ਨੇ, ਠੀਕ ਹੈ ਜੀ, ਹਾਂਜੀ, ਉਹਨਾਂ ਦੇ ਬੰਦੇ ਨੇ, ਵਿਰੋਧੀ ਦੇ ਨੇ, ਏਜੰਸੀਆਂ ਦੇ ਬੰਦੇ ਨੇ, ਓਕੇ, ਜਿਹਨੂੰ ਜਿਹੜੇ ਸਟੇਟ ਦੇ ਬੰਦੇ ਆ, ਠੀਕ ਹੈ, ਉਹਨੇ ਇੱਦਾਂ ਨੀ ਆਉਣਾ ਵੀ ਦੇਖੋ ਜੀ ਵੀ ਤੁਸੀਂ ਇੱਦਾਂ ਵਧੀਆ ਬੋਲਦੇ ਆ, ਹਾਂਜੀ, ਤੇ ਜਦ ਤੁਸੀਂ ਇੱਦਾਂ ਹਿੰਮਤ ਨਾਲ ਬੋਲਦੇ ਆ, ਹਾਂਜੀ, ਵੀ ਤੁਹਾਨੂੰ ਅਸੀਂ 5 ਕਰੋੜ ਦੇਵਾਂਗੇ, ਹਾਂਜੀ, ਤੇ ਤੁਸੀਂ ਜਾ ਕੇ ਇਹ ਗੱਲਾਂ ਬੋਲੋ, ਇੱਦਾਂ ਨੀ ਕਰਨਾ, ਓਕੇ ਜੀ, ਉਹਨੇ ਇੱਦਾਂ ਆਉਣਾ ਆ ਕੇ ਇੱਦਾਂ ਕਹਿਣਾ ਵੀ ਦੇਖੋ ਜੀ ਜੋ ਕੁਛ ਪਿੱਛੇ ਵਾਪਰਿਆ, ਹਾਂਜੀ, ਤੁਹਾਨੂੰ ਵੀ ਪਤਾ ਆ, ਠੀਕ ਹੈ, ਠੀਕ ਆ, ਵੀ ਮੇਰੇ ਮੈਂ ਕੁਛ ਗੱਲਾਂ ਆ ਜਿਹੜੀਆਂ ਮੈਂ ਦੱਸ ਨੀ ਸਕਦਾ, ਮੈਂ ਵਿੱਚ ਆ ਸਰਕਾਰ ਦੇ, ਸਾਰਾ ਕੁਛ ਅੱਖੀਂ ਦੇਖਿਆ ਮੈਂ, ਠੀਕ ਹੈ, ਠੀਕ ਹੈ, ਹਾਂਜੀ, ਤੇ ਮੇਰਾ ਦਿਲ ਰੋਂਦਾ ਵੀ ਗਾਹਾਂ ਹੋਰ ਪਤਾ ਨੀ ਕੀ ਨੁਕਸਾਨ ਹੋਣਾ, ਠੀਕ ਹੈ, ਮੈਨੂੰ ਤਾਂ ਕੋਈ ਬੰਦਾ ਨੀ ਦਿਸ ਰਿਹਾ ਜਿਹੜਾ ਇਸ ਵੇਲੇ ਕੌਮ ਨੂੰ ਕੱਢ ਸਕੇ, ਤਾਂ ਮੈਂ ਤੁਹਾਡੇ ਕੋਲ ਆਇਆ। ਕਿਆ ਬਾਤ ਹੈ, ਤੇ ਹੁਣ ਜਿਹੜੀ ਲੋੜ ਆ ਨਾ, ਹਾਂਜੀ, ਜੇ ਹੁਣ ਕੌਮ ਨੂੰ ਨਾ ਖੜਾ ਕੀਤਾ, ਹਾਂਜੀ, ਇਹ ਗੱਲਾਂ ਨਾ ਕੀਤੀਆਂ, ਹਾਂਜੀ, ਨਾ ਗਾਹਾਂ ਨੁਕਸਾਨ ਨੂੰ ਮੈਂ ਕਹੂੰਗਾ ਤੇ ਦੇਖੋ ਮੈਂ ਕੱਢ ਕੇ ਦੇ ਸਕਦਾ, ਇੱਥੇ ਬੋਲਣ ਦੀ ਤਾਂ ਆਗਿਆ ਨੀ ਹੈਗੀ, ਹਾਂਜੀ, ਹੈ, ਦੋ ਅੱਖਰ ਬੋਲਾਂਗੇ ਪੁਲਿਸ ਚੱਕ ਕੇ ਗੋਲੀ ਮਾਰਦੀ, ਹਾਂਜੀ, ਉਹ ਨਾ ਫਿਕਰ ਕਰੋ, ਠੀਕ ਹੈ, ਤੁਹਾਨੂੰ ਲੱਗਦਾ ਵੀ ਪੁਲਿਸ ਸਾਰੀ ਰਾਜੀਵ ਦੇ ਹੱਥ ਚ ਹੀ ਆ, ਜਿਹਨੂੰ ਬੂਟਾ ਸਿੰਘ ਆਇਆ ਹੋਊਗਾ, ਹਾਂਜੀ, ਹੈਨਾ, ਤੇ ਤੁਹਾਨੂੰ ਕੀ ਲੱਗਦਾ ਰਾਜੀਵ ਮਾਮਾ ਲੱਗਦਾ ਦੇਸ਼ ਦਾ, ਮੈਂ ਗ੍ਰਹਿ ਮੰਤਰੀ ਹਾਂ, ਹਾਂਜੀ, ਵੇਚਿਆ ਸਾਡਾ ਸਰਕਾਰ ਦੇ ਹੱਥ, ਠੀਕ ਹੈ, ਠੀਕ ਹੈ, ਇੱਕ ਵਾਰੀ ਕਰ ਗਿਆ ਧੱਕਾ, ਹਾਂਜੀ, ਇੱਦਾਂ ਮੁੜ ਮੁੜ ਜਰਾਂਗੇ ਅਸੀਂ, ਠੀਕ ਹੈ, ਇੱਦਾਂ ਪੇਸ਼ ਹੋਣਾ, ਠੀਕ ਹੈ, ਇੱਦਾਂ ਸਿੱਟਣਾ ਮੂਹਰੇ, ਇੱਦਾਂ ਬੁਰਕੀ ਸਿੱਟਣੀ, ਫਿਰ ਭਰਮਾ ਕੇ ਲਿਜਾਣਾ, ਪਤਾ ਵੀ ਲੱਗਣ ਦੇਣਾ, ਸੁਲਾ ਦਾ ਮੇਰਾ ਸਹੀ, ਮੈਂ ਤਾਂ ਸਹੀ ਕੜਾ ਕੜਾ ਖਾ ਖਾ ਕੇ ਇਹ ਕੌਮ ਦਾ ਧਾਨ ਖਾ ਕੇ ਪਲੇ, ਉਹ ਇਹਨਾਂ ਨੂੰ ਕੀ ਪਤਾ ਨੀਤੀ ਕੀ ਹੁੰਦੀ ਹੈ, ਉਹ ਬੰਦੇ ਐਵੇਂ ਥੋੜੇ ਬਹਿ ਗਏ ਜਾ ਕੇ, ਨਹੀਂ, ਇੱਦਾਂ ਸਿੱਟਦੇ ਪੱਤਾ, ਫਿਰ ਭਰਮਾ ਕੇ ਲਿਜਾ ਕੇ, ਹੈ ਨਾ, ਤੇ ਨਹੀਂ ਹੁਣ ਉਹਨੇ ਇੰਪ੍ਰੈਸ਼ਨ ਇਹ ਦੇਣਾ ਆ ਵੀ ਤੁਸੀਂ ਯੋਗ ਆ, ਕੌਮ ਤੇ ਬਿਪਤਾ ਆ, ਜਿਹੜੀ ਗਲਤੀ ਹੋਈ ਆ ਉਹ ਰਾਜੀਵ ਮੰਨ ਗਿਆ, ਹੁਣ ਡਰਿਆ ਫਿਰਦਾ, ਉਹ ਤਾਂ ਲੁਕਿਆ ਫਿਰਦਾ, ਉਹ ਤਾਂ ਹੁਣ ਤਾਂ ਪੰਗਾ ਹੀ ਪੈ ਜਾਣਾ ਵੀ ਜੇ ਕਿਸੇ ਨੌਜਵਾਨ ਨੇ ਉੱਠ ਕੇ ਫੇਰ ਦੁਬਾਰਾ ਹਥਿਆਰ ਚੱਕ ਕੇ ਕੁਛ ਕਰ ਦਿੱਤਾ, ਹਾਂਜੀ, ਠੀਕ ਹੈ, ਗੁੱਸਾ ਹੈ ਉਹਨਾਂ ਦੇ ਅੰਦਰ, ਹਾਂਜੀ, ਠੀਕ ਹੈ ਨਾ, ਵੀ ਜੇ ਤੁਸੀਂ ਕਿਸੇ ਤਰੀਕੇ ਨਾਲ ਕਰਕੇ, ਠੀਕ ਆ, ਸਰਕਾਰ ਦੀ ਠੋਕੋ ਮੰਜੀ ਜਰਾ ਕਹੋ, ਇਹਨੂੰ ਸਾਰਿਆਂ ਨੂੰ ਪਤਾ ਵੀ ਇੰਦਰਾ ਗਾਂਧੀ ਨੇ ਅਟੈਕ ਕਰਾਇਆ, ਨਹੀਂ ਮੰਨੀ ਸਾਡਾ ਕਹਿਣਾ, ਉਹ ਗਿਆਨੀ ਜੈਲ ਸਿੰਘ ਵੀ ਕਹਿੰਦੇ ਰਹੇ, ਮੈਂ ਵੀ ਕਹਿੰਦਾ ਰਿਹਾ, ਮੰਨੀ ਨਹੀਂ ਉਹ, ਠੀਕ ਆ, ਗਿਆਨੀ ਜੈਲ ਸਿੰਘ ਦੀ ਵੀ ਗਲਤੀ ਆ, ਹੁਣ ਸਹਿਣ ਕਿਉਂ ਕੀਤੇ, ਜੇ ਹੁੰਦਾ ਮੈਂ ਹੁੰਦਾ ਮੈਂ ਨਾ ਸਹਿਣ ਕਰਦਾ ਕਦੇ ਵੀ, ਕਹੋ ਤੁਸੀਂ ਠੋਕ ਕੇ ਗੱਲਾਂ, ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਸੱਚ ਦਾ, ਹਾਂਜੀ, ਜੇ ਤੁਸੀਂ ਨਹੀਂ ਕਹੋਗੇ ਹੋਰ ਕੌਣ ਕਹੂਗਾ, ਠੀਕ ਹੈ ਜੀ, ਅਸੀਂ ਦੇਖਾਂਗੇ, ਮੈਂ ਗ੍ਰਹਿ ਮੰਤਰੀ ਹਾਂ, ਮੈਂ ਦੇਖੂਗਾ ਕੌਣ ਚੜ੍ਹਦਾ ਪੁਲਿਸ, ਇੱਦਾਂ ਇੱਦਾਂ ਕਰਦੇ ਪੱਠੇ ਪਾਉਂਦੇ ਆ, ਠੀਕ ਹੈ ਜੀ, ਕਰਕੇ ਫਿਰ ਉਹ ਚੀਜ਼ ਹੁਣ ਅਗਲੇ ਨੂੰ ਹੁੰਦੀ ਕਿ ਅੱਛਾ ਜੀ ਵੀ ਡਰਦਾ ਹੈ, ਉਹ ਵੀ ਮਿੰਟਾਂ, ਉਹ ਤਾਂ ਤਿਆਰ ਆ ਜੀ ਤੁਹਾਡੇ ਕੋਲ, ਉਹ ਤਾਂ ਆਊਗਾ ਤੁਹਾਡੇ ਕੋਲ, ਉਹ ਤਾਂ ਤੁਸੀਂ ਦੇਖਿਓ ਘਰੇ ਘਰੇ ਆਊ ਚੱਲ ਕੇ, ਕਿੱਦਾਂ ਖੇਡਦੀ ਹੈ ਨਾ ਸਰਕਾਰ, ਇਹ ਤਾਂ ਤੁਸੀਂ ਬੋਲੇ ਜਦੋਂ 2 ਮਹੀਨੇ ਵੋਟਾਂ ਨਾਲ ਹੀ ਤੇ ਜਿੱਤਦੇ ਆ, ਹਾਂਜੀ, ਇਹ ਤਾਂ ਤੁਸੀਂ ਦੇਖਿਓ ਪਲਟਾ ਕਿੱਦਾਂ ਬਚਦਾ, ਗਾਂਧੀ ਰਾਜੀਵ ਨੂੰ ਵੋਟਾਂ ਮਿਲਣੀਆਂ ਕਿਤੇ, ਠੀਕ ਹੈ ਜੀ, ਠੀਕ ਹੈ, ਹੁਣ ਗੁਰੂ ਗੋਬਿੰਦ ਸਿੰਘ ਦਾ ਨਾਂ ਲੈ ਕੇ ਇੱਦਾਂ ਕਰਕੇ ਉੱਥੇ ਦੇ ਪ੍ਰੋਫੈਸਰ ਅੱਗੇ, ਠੀਕ ਹੈ, ਨਾ ਹੀ ਤਾਂ ਨਾ ਹੀ ਮਰਾਸੀ ਝੀਲ ਇਕੱਠੇ ਹੋਏ ਆ, ਗੁੱਸਾ ਨਾ ਕਰ ਜੀਓ ਭਾਈ ਕੋਈ ਵੀ, ਠੀਕ ਹੈ ਜੀ, ਠੀਕ ਹੈ, ਇਹ ਤਾਂ ਮੰਗ ਖਾਣੇ ਹੀ ਆ ਨਾ ਜਾਣੀ, ਹਾਂਜੀ, ਬਸ ਬਹਿ ਗਏ ਥਾਂ ਦੇ ਉੱਤੇ ਆ ਕੇ,
ਠੀਕ ਹੈ ਜੀ। ਉਹ ਜਿਹੜਾ ਅੰਦਰ ਅੰਦਰ ਜਿਹੜਾ ਨਾ ਉਹ ਜਲਣ ਦੀ ਤਾਕਤ ਆ। ਹਾਂਜੀ ਅਸੀਂ ਇਹ ਕਹੀ ਜਾਂਦੇ ਹਾਂ ਭਾਈ ਦਇਆ ਸਿੰਘ ਫਲਾਨੇ ਸੀ, ਉਹ ਨਾਈ ਸੀ, ਉਹ ਫਲਾਨੇ ਸੀ, ਉਹ ਮਰਨ ਲਈ ਆਏ ਸੀ ਯਾਰ, ਰੋਟੀ ਖਾਣ ਲਈ ਥੋੜੋ ਆਏ ਸੀ ਉਹ, ਕਿੱਥੇ ਢਿੱਡ ਭਰਨ ਲਈ ਆਏ? ਤੁਸੀਂ ਨਾਨਕ ਸਰੀਆਂ ਦੇ ਡੇਰੇ ਤੇ ਮਰਨ ਲਈ ਆਏ ਕਿਤੇ, ਲਾਣ ਤਿਆ ਤੁਹਾਡੇ। ਬਿਲਕੁਲ ਉਹਨਾਂ ਦੀ ਧਰਮ ਦੀ ਡੈਫੀਨੇਸ਼ਨ ਕੀ ਹੈ, ਤੁਹਾਡੇ ਧਰਮ ਦੀ ਡੈਫੀਨੇਸ਼ਨ ਕੀ ਹੈ? ਨਹੀਂ 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 ਉਹ ਕਿੱਥੇ ਕੁਰਬਾਨੀ ਵਾਲੇ ਬੰਦੇ, ਬਸ ਉਹ ਇਹ ਬੰਦੇ ਇਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਜਾਣੀ। ਹਾਂਜੀ ਇੱਦਾਂ ਵਿਕੇ ਥੋੜੇ, ਕਹਿੰਦੇ ਵਿਕੇ ਥੋੜੋ ਵਾਸ। ਨਹੀਂ ਨਹੀਂ ਇੱਕ ਤਾਂ ਸੋਚਣਾ ਸੀ ਵੀ ਜਦੋਂ ਸਟੇਟ ਨੂੰ ਹਰ ਬੰਦੇ ਦਾ ਪਤਾ ਵੀ ਆਹ ਬੰਦਾ ਇਸ ਵੇਲੇ ਕੰਮ ਆ ਸਕਦਾ, ਕਿੰਨੇ ਨਿਆਰੇ। ਮੈਂ ਉਹ ਸ਼ਾਹਰੁਖ ਖਾਨ ਦਾ ਮੈਂ ਪ੍ਰੋਗਰਾਮ ਉਦਣ ਦੇਖਾਂ, ਹਾਂਜੀ ਉਹ ਬੰਦਾ ਆਇਆ, ਉਹ ਕਹਿੰਦਾ ਜੇ 30 ਐਪਾਂ ਆ ਨਾ ਤੁਹਾਡੇ ਫੋਨ ਦੇ ਵਿੱਚ, ਹਾਂਜੀ ਕਹਿੰਦਾ ਪਹਿਲੀ ਗੱਲ ਤਾਂ ਜਿਹੜੀ ਐਪ ਯੂਜ਼ ਨਹੀਂ ਕਰਦੇ ਡਿਲੀਟ ਕਰ ਦਿਓ ਯਾਰ, ਵਾਸਤਾ ਗੁਰੂ ਦਾ ਰੱਬ ਦਾ। ਅੱਛਾ ਡਿਲੀਟ ਮਾਰੋ ਉਹਨੂੰ, ਕਹਿੰਦਾ ਸਾਰੀਆਂ ਹੀ ਐਪਾਂ ਦੇਖ ਲਈਆਂ ਤੁਹਾਨੂੰ। ਹਾਂਜੀ ਟੀਵੀ ਕਹਿੰਦਾ ਤੁਸੀਂ ਆਨ ਕੀਤਾ ਨੀ ਏਦਾਂ, ਹਾਂਜੀ ਤੇ ਤੁਹਾਨੂੰ ਦੇਖਣਾ ਸ਼ੁਰੂ ਕੀਤਾ ਨੀ। ਹਾਂਜੀ ਘਰ ਦੇ ਬੰਦਾ ਕਹਿੰਦਾ ਵੀ ਮੈਨੂੰ ਕੌਣ ਦੇਖ ਰਿਹਾ, ਜਾਣੀ ਘਰ ਦੇ ਵਿੱਚ ਹਰੇਕ ਬੰਦਾ ਫੋਨ ਲੈ ਕੇ ਦਾ, ਕੱਲੇ ਕੱਲੇ ਕੋ ਫੋਨ ਆ, ਹਾਂਜੀ ਕੱਲੇ ਕੱਲੇ ਰੂਮ ਦੀ ਸਾਰਾ ਡਾਟਾ ਸਾਰੀ ਜਾਣਕਾਰੀ, ਹਾਂਜੀ ਸਾਰਾ ਕੁਝ ਜਾ ਰਿਹਾ। ਹਾਂ ਠੀਕ ਹੈ, ਦੁਨੀਆ ਕਿੱਦਾਂ ਸਾਨੂੰ ਕਿੱਦਾਂ ਦੁਨੀਆ ਨੂੰ ਸਿਕਿਉਰਿਟੀ ਕਿੱਦਾਂ ਨੈਸ਼ ਹੁੰਦੀ। ਅੱਜ ਇਹਨਾਂ ਨੇ ਕਰਿਆ ਆਪਣੇ ਨਿਊਜ਼ੀਲੈਂਡ ਜਿਹੜਾ ਮਸਲਾ ਚੱਲ ਰਿਹਾ ਜੀਸੀਬੀ ਦਾ ਵੀ ਅਮਰੀਕਾ ਇੱਥੇ ਰੱਖਿਆ, ਕਹਿੰਦਾ ਤੁਸੀਂ ਹਰ ਕਾਲ ਰਿਕਾਰਡ ਕਰੀ ਜਾਂਦੇ ਹੋ, ਜੇ ਵਿਕੀਲੀਕਸ ਨੇ ਕੀਤਾ ਕਿੰਨਾ ਜਾਵੇ ਪਿਆ। ਉਹ ਹੁਣ ਜਿਹੜੇ ਸਨੋਡਨ ਜੀ ਨੇ ਲੀਕ ਕੀਤਾ ਉਹ ਫੋਨ ਦਿੱਤਾ ਆਈਫੋਨ ਉਹਨੇ, ਫਿਰ ਉਹਨੂੰ ਚਿਪ ਕੱਢੀ, ਕਹਿੰਦਾ ਮਾਈਕ੍ਰੋਫੋਨ ਨਹੀਂ ਲਾਉਣਾ, ਕਹਿੰਦਾ ਨਹੀਂ ਤੁਹਾਡਾ ਫੋਨ ਆਨ ਹੋ ਜਾਂਦਾ, ਮੈਨੂੰ ਕਰਕੇ ਦਿਖਾ ਦੇਣਾ, ਫੋਨ ਰੱਖ ਆਪਦੇ ਕੋਲੇ, ਕਹਿੰਦਾ ਜਿਹੜੇ ਕੰਪਿਊਟਰ ਚ ਵੈਬਕੈਮ ਆ, ਜਿਹੜੇ ਟੀਵੀ ਚ ਵੈਬਕੈਮ, ਜਿਹੜਾ ਟੀਵੀ ਇੰਟਰਨੈਟ ਨਾਲ ਕਨੈਕਟ ਹੁੰਦਾ ਮੂਹਰੋਂ ਨਹੀਂ ਜਿੰਦਾ, ਪਿੱਛੋਂ ਸਾਰਾ ਕੁਝ ਦੇਖਦਾ, ਹਰ ਕਾਲ ਰਿਕਾਰਡ ਹੁੰਦੀ, ਇਹ ਯਕੀਨ ਨਹੀਂ ਹੁੰਦਾ ਨਾ ਰੈਂਡਮ ਫੋਨ ਲੈ ਕੇ ਦੋ ਚਾਰ ਮੈਸੇਜ ਕਰਕੇ ਦੇਖ, ਗੰਦੇ ਜੇ ਮੈਸੇਜ, ਮਤਲਬ ਸਿਕਿਉਰਿਟੀ ਰਿਲੇਟਡ, ਕਹਿੰਦਾ ਸਵੇਰ ਨੂੰ ਚੱਕਣਾ ਉਹਨਾਂ ਨੇ, ਕਹਿੰਦਾ ਸੁਪਨਾ ਜਾਂਦਾ ਕਿਤੇ ਵੀ ਚੱਕ ਲੈਂਦੇ, ਕਹਿੰਦਾ ਕੋਈ ਡਾਟਾ ਫਿਲਟਰ ਫੋਜ ਬਣਾ ਲਈ ਇੰਨੇ ਕੁਛ ਦੇ ਵਿੱਚੋਂ ਤੇ ਉਨੀ ਆਪਣਾ ਸਾਰੇ ਕੁਛ ਨੂੰ ਕਾਬੂ ਚ ਕਿੱਦਾਂ ਰੱਖਣਾ, ਬਿਲਕੁਲ ਕੰਟਰੋਲ ਆ ਨਾ ਹਰੇਕ ਪੱਧਰ ਤੇ ਉਨੀ ਆਪਣਾ ਬੰਦਾ, ਇਸੇ ਕਰਕੇ ਤਾਂ ਜਿਹੜੇ ਸਿਲੇਬਸਰੀ ਐਜੂਕੇਸ਼ਨ ਆ, ਤਾਂ ਹੀ ਉਹ ਕੰਟਰੋਲ ਆਪਣੇ ਚ ਰੱਖਿਓ ਨਾ। ਹਾਂਜੀ ਉਹਨਾਂ ਨੂੰ ਪਤਾ ਹੈ, ਸਾਨੂੰ ਹਰੇਕ ਫੈਕਟਰੀ ਨੂੰ ਪਤਾ ਹੈ ਮੈਂ ਕੀ ਬਣਾਉਣਾ। ਠੀਕ ਹੈ ਜੀ, ਠੀਕ ਹੈ। ਹਾਂਜੀ ਠੀਕ ਹੈ, ਫਰਿੱਜਾਂ ਦੀ ਫੈਕਟਰੀ ਹੈ ਜਿੱਥੇ, ਉੱਥੇ ਕਾਰਾਂ ਦੇ ਪੁਰਜੇ ਥੋੜੇ ਬਣੇ ਜਾਊਗੇ, ਇੱਦਾਂ ਦੀ ਮਸ਼ੀਨ ਲਾਊਗੇ ਉਹ, ਤੇ ਇੱਕ ਇੱਕ ਫਰਿੱਜ ਬਣ ਗਈ, ਦੋ ਬਣ ਗਈ, ਉਹ ਤੋਂ ਬਾਅਦ ਇੱਕ ਕਾਰ ਬਣ ਗਈ, ਇੱਕ ਟਰੱਕ ਬਣ ਗਿਆ, ਕੰਪਿਊਟਰ ਨਿਕਲ ਗਿਆ, ਇੱਦਾਂ ਦੀ ਮਸ਼ੀਨ ਹੋਊਗੀ? ਨਹੀਂ ਨਹੀਂ ਨਹੀਂ, ਜਦੋਂ ਮਸ਼ੀਨ ਦੇ ਵਿੱਚ ਮਾੜਾ ਜਿਹਾ ਪੁਰਜੇ ਚ ਫਾਲਟ ਵੀ ਆਉਂਦਾ ਨਾ, ਉਸੇ ਵੇਲੇ ਕਹਿੰਦੇ ਨਹੀਂ ਚੱਕੋ ਇਹ ਕਰੋ ਡਾਈ ਸੈੱਟ ਕਰਾ, ਇਹ ਨਹੀਂ ਚਾਹੀਦਾ ਸਰ। ਨਹੀਂ ਚਾਹੀਦਾ, ਠੀਕ ਹੈ। ਸੰਚਾਇਆ ਹਰ 15-20-50 ਮਸ਼ੀਨਾਂ ਬਣਾ ਕੇ ਫਿਰ ਦੁਬਾਰਾ ਚਲਾ ਕੇ ਦੇਖਦੇ, ਚੈੱਕ ਕਰਦੇ ਹੋ ਕਿ ਠੀਕ ਹੈ। ਹਾਂਜੀ ਸਾਰਾ ਕੁਝ ਇੱਦਾਂ ਹੀ ਬੰਦੇ ਆ ਭਾਈ, ਮਸ਼ੀਨਾਂ ਹੀ ਆ, ਅਸੀਂ ਵੀ ਸਟੇਟ, ਸਹੀ ਗੱਲ ਹੈ, ਚਲਾਈ ਚੱਲਦੇ ਹਾਂ। ਹਾਂ ਠੀਕ ਹੈ, ਗੱਲ ਇਹ ਜੇ ਸੋਚਣਾ ਆ ਤੇ ਸਟੇਟ ਬਾਰੇ ਸੋਚੋ, ਨਾਨਕ ਨੇ ਸਟੇਟ ਬਾਰੇ ਸੋਚਿਆ ਸੀ, ਬਿਲਕੁਲ ਆ ਜੀ ਸਹੀ ਹੈ, ਆਪਣੀ ਸਟੇਟ, ਆਪਣੀ ਖੁਦ ਮੁਖਤਿਆਰੀ ਜਿਹੜੀ ਆ, ਹਾਂਜੀ ਉਹਦੇ ਬਾਰੇ ਸੋਚੋ ਕਿੱਦਾਂ ਕਰਨੀ ਆ। ਠੀਕ ਹੈ ਜੀ, ਉਸ ਤੋਂ ਬਾਅਦ